ਇਕਬਾਲ ਕਰ ਸਕਦੇ ਹਾਂ। ਦਰਸ਼ਕ ਤਾੜੀਆਂ ਨਾਲ ਇਸਤਕਬਾਲ ਕਰ ਸਕਦੇ ਜਨਾਬ ਚੌਧਰੀ ਸਵਰ ਸਾਹਿਬ ਔਰ ਚੌਧਰੀ ਅਮਰ ਸਾਹਿਬ ਆਏ ਜੀ। ਉਸ ਤੋਂ ਇਲਾਵਾ ਸਾਰਿਆਂ ਭਰਾਵਾਂ ਦੋਸਤਾਂ ਬਜ਼ੁਰਗਾਂ ਵਾਸਤੇ ਇਹ ਅਪੀਲ ਹੈ, ਕੋਈ ਐਸੀ ਗਲਤ ਗੱਲ ਨਾ ਕਰ ਸੋ, ਕੋਈ ਐਸਾ ਗਲਤ ਵੋਟਿੰਗ ਨਾ ਕਰ ਸੋ ਜਿਸ ਤੋਂ ਮਹਿਫਲ ਖਰਾਬ ਹੋ ਸੀ। ਅਗਰ ਕਰ ਸੋ ਤਾਂ ਉਸਦੇ ਜ਼ਿੰਮੇਵਾਰ ਖੁਦ ਹੋ ਸੋ। ਲਿਹਾਜ਼ਾ ਸਾਰਿਆਂ ਭਰਾਵਾਂ ਵਾਸਤੇ ਇਹ ਅਪੀਲ ਹੈ ਬਈ ਕੋਈ ਐਸੀ ਗੱਲ ਜਾਂ ਕੋਈ ਐਸੀ ਗਲਤ ਵੋਟਿੰਗ ਨਾ ਕਰ ਸੋ ਜਿਸ ਤੋਂ ਮਹਿਫਲ ਖਰਾਬ ਹੋਵੇ, ਕੋਈ ਸ਼ੋਰ ਸ਼ਰਾਬਾ ਹੋਵੇ। ਮਿਹਰਬਾਨੀ। ਬਿਸਮਿਲਲਾ ਜੀ, ਵੈਲਕਮ। ਮਹਿਫਲ ਅੰਦਰ ਤਮਾਮ ਅਹਿਬਾਬ ਹਾਂ, ਮੇਰੀ ਤਰਫੋਂ ਔਰ ਮੇਰੇ ਅਮਨ ਵਾਸ ਸਾਥੀ ਜਨਾਬ ਚੌਧਰੀ ਅਮਰ ਸਾਹਿਬ ਦੀ ਤਰਫੋਂ ਅਸਲਾਮ ਵਾਲੇਕਮ, ਵੈਲਕਮ, ਖੁਸ਼ ਆਮਦੇਦ। ਅੱਜ ਦੀ ਇਹ ਘਰ ਦੀ ਮਹਿਫਲ ਹੈ, ਜਨਾਬ ਮਲਕ ਜ਼ੁਲਫਕਾਰ ਸਾਹਿਬ ਦੇ ਸਾਹਿਬਜ਼ਾਦੇ ਮਲਕ ਆਕਮ ਸਾਹਿਬ ਦੀ ਸ਼ਾਦੀ ਦੇ ਸਿਲਸਿਲੇ 'ਚ ਅਸੀਂ ਸਾਰੇ ਇਕੱਠੇ ਹੋਏ ਹਾਂ। ਅੱਲਾਹ ਤਾਲਾ ਅਸਾਂ ਸਾਰਿਆਂ ਇਕੱਠਿਆਂ ਰਲ ਮਿਲ ਕੇ ਬਹਿਣ ਦਾ ਮੌਕਾ ਅਦਾ ਕੀਤਾ ਅਤੇ ਅੱਲਾਹ ਕਰੇ ਜਿਸ ਜਿੰਨਾ ਮੁਹੱਬਤਾਂ ਨਾਲ ਤੁਸੀਂ ਆਏ ਹੋ, ਜਿੰਨਾ ਮੁਹੱਬਤਾਂ ਨਾਲ ਤੁਸੀਂ ਅਸਾਂ ਯਾਦ ਕੀਤਾ ਵੈ, ਅਸੀਂ ਦੋਵੇਂ ਭਰਾ ਮੈਂ ਔਰ ਚੌਧਰੀ ਅਮਰ ਤੁਹਾਡੀ ਤਵਕਵਾਤ ਹੈ ਪੂਰੇ ਉਤਰ ਸਕਾਂ। ਮੇਰੇ ਨਾਲ ਜਨਾਬ ਚੌਧਰੀ ਅਮਰ ਸਾਹਿਬ ਬਖੂਬੀ ਤੁਸੀਂ ਜਾਣਦੇ ਹੋ, ਕਿਉਂਕਿ ਘਰ ਦੀ ਮਹਿਫਲ ਹੈ, ਅੱਛੀ ਆਵਾਜ਼ ਦੇ ਮਾਲਕ, ਅੱਛੀ ਸੁਰਗੁਰ ਦੇ ਮਾਲਕ, ਅਤੇ ਮੈਂ ਵੀ ਕੋਸ਼ਿਸ਼ ਕਰਸਾਂ, ਬੰਦਾ ਪੇਸ਼ ਉਹ ਹੀ ਕੁਝ ਕਰ ਸਕਦਾ। ਇਹ ਮੁਸਲਮਾਨ ਹਕੀਕਤ ਹੈ ਕਿ ਜਿੰਨਾ ਉਹ ਜਾਣਦਾ ਹੁੰਦਾ ਉਸ ਤੋਂ ਵੱਧ ਕੇ ਨਹੀਂ ਪੇਸ਼ ਹੋ ਸਕਦਾ। ਹਾਂ, ਘਾਟ ਵਾਲੀ ਗੱਲ ਹੀ ਹੈ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਨਕਾਦ ਕਰਨ ਵਾਲੇ ਦੋ ਨਾਦ ਮੈਂ ਚਿੱਟ ਤੋਂ ਬਗੈਰ ਕਰਸਾਂ, ਜਨਾਬ ਚੌਧਰੀ ਸਾਜਨ ਸਾਹਿਬ ਟੋਕ ਸਾਹਿਬ ਅਤੇ ਮਲਕ ਜ਼ਮਰੁਦ ਸਾਹਿਬ, ਅਤੇ ਬਾਕੀ ਜਨਾਬ ਮਲਕ ਜ਼ੁਲਫਕਾਰ ਸਾਹਿਬ, ਚੌਧਰੀ ਸਾਜਦ, ਮਲਕ ਆਸਫ ਚਾਚ, ਮਲਕ ਰਿਆਜ਼, ਮਲਕ ਰਬਨਵਾਜ਼, ਮਲਕ ਹੁਸੈਨ, ਮਲਕ ਸੁਲੇਮਾਨ, ਮਲਕ ਹਸਨ, ਮਲਕ ਸੁਲੇਮਾਨ, ਮਲਕ ਕੰਬਰ, ਮਲਕ ਅਸ਼ਰਫ, ਮਲਕ ਇਮਰਾਨ, ਮਲਕ ਮਸਾਊਦ, ਰਾਜਾ ਨਈਮ ਬੋਦਿਆਲ, ਸਾਡੇ ਦੋਸਤ ਜੀ ਚੌਧਰੀ ਮਸਾਊਦ ਟੋਕ ਦਰਿਆਲ, ਮਲਕ ਵਸੀਮ ਸ਼ਹਿਜ਼ਾਦ, ਮਲਕ ਅਨਸਰ, ਮੇਰੇ ਦੋਸਤ ਚੌਧਰੀ ਗੌਰ ਸਾਹਿਬ, ਚੌਧਰੀ ਰਸ਼ੀਦ, ਚੌਧਰੀ ਜ਼ਫਰਾਨ ਸੰਘਰਾਲ, ਚੌਧਰੀ ਅਫਜ਼ਾਲ, ਇਹਨਾਂ ਦੇ ਤਾਵਨ ਨਾਲ ਮਹਿਫਲ ਮੁਨੱਕਦ ਕੀਤੀ ਗਈ। ਅਤੇ ਜਿਤਨੇ ਵੀ ਮਹਿਮਾਨ ਹੋ, ਸਾਡੀ ਤਰਫੋਂ ਵੈਲਕਮ, ਖੁਸ਼ ਆਮਦੇਦ। ਅਤੇ ਖਾਸ ਕਰਕੇ ਜਿਹੜੇ ਸਾਜ਼ਿੰਦੇ ਦੇ ਗਾਂ ਹਜ਼ਰਾਤ ਨੂੰ ਸਾਡੇ ਇਹ ਸਾਡੇ ਘਰ ਆਏ ਅਤੇ ਇਹ ਸਾਡੇ ਨਾਲ ਅੰਤਾ ਸੀ ਇਹਨਾਂ ਦੇ ਨਾਲ, ਤੇ ਕੋਸ਼ਿਸ਼ ਕਰਨੀ ਕੋਈ ਐਸੀ ਗੱਲ ਨਾ ਹੋਵੇ ਤਾਂ ਕਿ ਕੱਲ੍ਹ ਅਸਾਂ ਮਿਲਣ ਦਾ ਹੁਣ ਸਾਡੇ ਕਰਾਂਗੇ ਜੀ, ਸਾਰੇ ਸਮਝਦਾਰ ਹੋ। ਇਸ ਤੋਂ ਪਹਿਲਾਂ ਕਿ ਮਹਿਫਲ ਦਾ ਆਗਾਜ਼ ਕੀਤਾ ਵੀ ਜਾਏ, ਇੱਕ ਦਫ਼ਾ ਅੱਲਾਹ ਔਰ ਉਸ ਦੇ ਰਸੂਲ ਦਾ ਕਲਮਾ ਯਾਦ ਕਰੋ, ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾਹ, ਹਸਬੇ ਮਾਮੂਲ ਥੋੜ੍ਹੀ ਜਿਹੀ ਦੇਰ ਸਾਲ, ਉਸ ਤੋਂ ਬਾਅਦ ਆਗਾਜ਼।
दोस्तों बनाना जी का जाना सलाम दोस्तों ब्राह्मण मोहब्बत सोने रब ने करम जिसने खुशियां नसीब कीतियां मेरे ब्रदर दूला भाई मलक आकब साहब की खुशी में अल्लाह पाक इस नियाने जिंदगी बेबहा खुशियां अता फरमा और मेरे बोतर जनाब मलक जमोरत साहब मलक जुल्फकार साहब और साढ़े मैं बेहद मशहूर हाँ चौधरी साजिद साहब ना के खुशियां भी असर शामिल किया सिर्फ तो सना और सोने मालिक कुल ने जड़ा कुल जहाना ना मालक आ जड़ा कारसाज आ बड़े अच्छे शेर तो आगाज होया ते आवाज आई
جتھے تک میری مجال دیئے کام ساز دیا جتھے سلطان دیا میرے وطن جناب ملک آصف صاحب ملک ریاض ملک زوار اور میرے بھائی ملک حسن صاحب ملک سمر اور ملک سلمان اور میرے برادر ملک اشرف صاحب ملک عمران ملک مسعود راجہ نعیم بدیال موسٹ ویلکم جی ہیں تجھے چودھری مسعود تلک دریاڈ ڈل چودھری سمر اعجاز ملک وسیم اور میرے بھائی ملک انصر چودھری گور صاحب چودھری رشید چودھری زفران تلک سنگرال لال چودھری افضل تمام دوست احباب کی جتنے بھی دور نزدیک تو صاحبان مہمان تشریف فرمائے ہو اس علاقے نہ فرض اور ناطے نال ساڑی طرفوں اور بالخصوص دلہا بھائی طرفوں اور دلہا بھائی نے جتنی فیملی نے دوست احباب نے انہوں نے طرفوں بہت ویلکم کیا تو صرف تو سنا اس نے مانگے کل نہیں کی آواز آئی نشان تیری توحید بیان کار کوئی حق کہہ گئی مات جوان دے تیری اٹھا کجائے جو دلا دیتا میرے خیال ہے جو صحیح نہیں آ رہی تھوڑا جہا کلیئر کرو جی حمزہ صاحب کلیئر کرو تاکہ جی کار کار نہ ہو تے برادر نے شعر پیش کیتا التجا دا التجا دے بارے جو باوے دائم دا کی اخبار خیال ہے او کہندن مر کے اندروں او چودھری ساجد مر کے اندروں جس تو آون لئی مر کے اندروں جس تو آون لئی تے حق کو سچ دا جس نے سوال کیتا Peace.
कोई भी आखदी है ओदी तारीफ ही है इब्तदाए महफिल भी ओदी तारीफ ते इब्तदाए महफिल तो बाद तारीफ उस रब दी जिस दे इलम तो कोई शाय बार नहीं जिसका कोई दूसरा नहीं जिसका कोई सानी नहीं जेड़ा जिसा जो देना था चाहे जितना देना चाहे जितना देना चाहे जिस वक्त देना चाहे वो दे सकता वो किसी का मोहताज नहीं ते जेड़ा जिसका जो रोकना चाहे जितना रोकना चाहे जितना रोकना चाहे जिस टाइम रोकना चाहे रोक देगा उस किसी को पूछना नहीं ते शायर का ख्याल ये मालका केरी शान मैं कराऊं बयान तेरी ओ केरी शान मैं कराऊं बयान तेरी गुना चारो आगे कोई छोड़ देवा इनको सिफत नहीं मिलती आय उमर सारी
افضال صاحب تسی بھی آئے ہو ملک یاسین صاحب ملک یونس صاحب تے باقی چودھری وکاس صاحب ملک وکاس صاحب کہتا ہوئے مالکا مختصر جام تو بری تالا دو بعد چند روایاں نات سرورے تو جہاں میرے آقا تاجدار مدینہ نات کر بسینہ حضرت محمد مصطفیٰ صلی اللہ علیہ وسلم نے مدہ بچ پیش کر ساں میرے محترم جناب ملک سکندر صاحب ملک سکندر مرحوم اور ملک ایوب مرحوم ملک اسمیل مرحوم ملک عرفان مرحوم ملک راجہ خان مرحوم خدا کا ذکر کرے ذکر مصطفیٰ نہ کرے ہمارے منہ میں ہو ایسی زبان خدا نہ کرے ملک علی ملک تھانہ چوندرا نال ملک سجاد تلک تھانہ چوندرا ملک یاسر چوندرا چودھری حسنین تلک کسالا نال رشان تلک چوندرا نال نبی رشان موسٹ ویلکم کیا ہے تو سڑے علاقے کے جانے پہچانے شخصیت علاقہ سوانا بہت بڑا نام ملک زبردست صاحب موسٹ ویلکم کیا ہے تو اور بھی
ਕਰਨਾ ਜਿੱਥੇ ਦੋਸਤ ਦੇ ਬਾਅਦ ਤਸ਼ਰੀਫ ਫਰਮਾਈ ਉਸ ਵੈਲਕਮ ਕੀਆ ਤੇ ਪਰ ਮੇਰੇ ਬ੍ਰਦਰ ਮੱਲਕ ਨੇ ਤਲਕ ਬਦਿਆ ਨਾਲ ਤੇਰੀ ਪਸੰਦ ਤਲਕ ਦਾ ਤਰਿਆ ਟਲ
ਰਹਿੰਦੇ ਚੋਕ ਵੱਲੇ ਲੰਬੂ ਲੱਗੇ ਰਹਿੰਦੇ ਵਿੱਚ ਸਜਦੇ ਸਾਡੇ ਤਾਰੇ ਦੇ ਸਾਡੇ ਤਾਰੇ ਦੇ ਕਦੀ ਚੁੱਕ ਯਾਰ ਨੂੰ ਸਾਡੇ ਤਾਰੇ ਦੇ ਸਾਡੇ ਤਾਰੇ ਦੇ ਕਦੀ ਚੁੱਕ ਯਾਰ ਨੂੰ ਦਿਲ ਸਹਿਕਦਾ ਮਦੀਨੇ ਦੀ ਬਹਾਰ ਨੂੰ ਮਦੀਨੇ ਵਿੱਚ ਰਹਿਣ ਵਾਲੇ ਮੇਰੇ ਸੋਹਣਿਆ ਮੇਰੇ ਸੋਹਣਿਆ ਮੇਰੇ ਸੋਹਣਿਆ ਮਦੀਨੇ ਵਿੱਚ ਰਹਿਣ ਵਾਲੇ ਆ
ਸਕਦਾ ਉਮਤ ਵਾਸਤੇ ਗਾਰੇ ਹੈਰਾਨ ਕਰ ਅਥਰੂ ਕੇਰ ਕੇ ਦੋਜ਼ਖ ਨੂੰ ਛਾੜ ਸਕਦਾ ਉਹ ਜਿਹੜਾ ਕੰਮ ਸਰਕਾਰ ਦੇ ਦਿਲ ਕੀਤਾ ਹੈ ਜਿਹੜਾ ਰਸ਼ਵਾਲੇ ਅਰਸ਼ਵਾਲੇ